ਮਾਸ਼ਾਅੱਲਾ ਮਾਸ਼ਾਅੱਲਾ ਇੱਕ ਵਾਰ ਫੇਰ ਗੌਰ ਦੇ ਨਾਲ ਵੇਖ ਲਓ ਨਾਜ਼ਰੀਨ ਅੱਛਾ ਯਾਸਰ ਭਾਈ ਮੈਨੂੰ ਇਹ ਦੱਸੋ ਇਸ ਬੱਕਰੀ ਦਾ ਰੰਗ ਟੰਗ ਕੀ ਆਪਣੀ ਜ਼ੁਬਾਨ ਦੇ ਵਿੱਚ ਨੂੰ ਬੋਲਦੇ ਹੋ ਜੀ ਠੀਕ ਹੈ ਜਿਹੜੇ ਭਰਾ ਬੱਕਰੀ ਖਰੀਦ ਕੇ ਖੜਦੇ ਨੇ ਜਾ ਕੇ ਆਂਦੇ ਨੇ ਦੁੱਧ ਨਹੀਂ ਮੇਰੀ ਬੱਕਰੀ ਉਹਨਾਂ ਦੇਂਦੀ ਜਿੰਨਾ ਆਖਿਆ ਜੇ ਜੀ ਚਾ ਇਥੇ ਲੈ ਉਹਨਾਂ ਛੱਡ ਜਾਣ ਮਹੀਨੇ ਬਾਅਦ ਆ ਕੇ ਚੋਲਾਂ ਜੀ ਉਹਨਾਂ ਦੁੱਧ ਉਹਨੇ ਬੱਕਰੀ ਨਾ ਦਿੱਤਾ ਜੀ ਤੇ ਤਾਂ ਅਸੀਂ ਵੀ ਇੱਥੇ ਆਂਦੇ ਗੱਲ ਕਰ ਲੈਣ ਸਾਡੇ ਨਾਲ ਅਗਰ ਉਹਨਾਂ ਨੇ 5000 ਜਾਂ 400 ਦੁੱਧ ਆਪਣੇ ਘਰ ਲੈਣਾ ਮਤੋਂ ਦਾ ਕੀ ਤਰੀਕਾ ਕਰੇ ਭਾਜੀ ਜੀ ਉਹਨੇ ਬੰਨ ਕੇ ਪੱਠੇ ਪਾਣੀ ਹੋਣਾ ਜਾਂ ਬੰਨ ਕੇ ਜਿੰਨਾ ਅਸਲਾਮੁਅਲੈਕੁਮ ਰahmatullahi व ਬਰਕਾਤੁਹੁ ਨਾਜ਼ਰੀਨ ਤੁਸੀਂ ਵੇਖ ਰਹੇ ਹੋ ਗੋਟਸ ਮਾਸਟਰ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਮਲਕ ਫਿਆਜ਼ ਗੋਹਰ ਤੁਹਾਡੀ ਹਦਮਤ ਚਾ ਹਾਜ਼ਰ ਆਂ ਦੋਸਤੋ ਅੱਜ ਮੈਂ ਬੜੀ ਸੋਹਣੀ ਵੀਡੀਓ ਤੁਹਾਡੀ ਖidmat ਵਿੱਚ ਹਾਜ਼ਰ ਕਰ ਰਿਹਾ ਮਾਸ਼ਾਅੱਲਾ ਬੜੀਆਂ ਪਿਆਰੀਆਂ ਬੱਕਰੀਆਂ ਸਾਡੇ ਪੰਜਾਬ ਦੀਆਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਗੁਜਰਾਤੀ ਬਿੱਤਲ ਦੇ ਨਾਂ ਤੇ ਮਸ਼ਹੂਰ ਨੇ ਮਾਸ਼ਾਅੱਲਾ ਗੁਜਰਾਤ ਜ਼ਿਲ੍ਹੇ ਵਿੱਚ ਬੱਕਰੀਆਂ ਪਾਈਆਂ ਜਾਣੇ ਵਾਲੀਆਂ ਆਪਣੀ ਮਿਸਾਲ ਆਪਨੇ ਰੰਗ ਟੰਗ ਵੱਲੋਂ ਹਰ ਪਾਸਿਓਂ ਪਾਸ ਨੇ ਮਾਸ਼ਾਅੱਲਾ ਕਿਸੇ ਪਾਸੋਂ ਖੁੰਝੀਆਂ ਨਹੀਂ ਹਨ ਇਹਨਾਂ ਨੂੰ ਇੰਡੀਆ ਦੇ ਵਿੱਚ ਗੋਜਰੀ ਬੱਕਰੀਆਂ ਕਿਹਾ ਜਾਂਦਾ ਹੈ ਤੇ ਪਾਕਿਸਤਾਨ ਦੇ ਵਿੱਚ ਗੁਜਰਾਤੀ ਬਿੱਤਲ ਦੇ ਨਾਂ ਤੇ ਮਸ਼ਹੂਰ ਨੇ ਮਾਸ਼ਾਅੱਲਾ ਵੇਖੋ ਕਿਤਨੀਆਂ ਪਿਆਰੀਆਂ ਸ਼ੇਰੀਆਂ ਸ਼ੀਣੀਆਂ ਬੱਲੀਆਂ ਬੱਕਰੀਆਂ ਨੇ ਤੁਹਾਡੇ ਸਾਹਮਣੇ ਤੇ ਬਰਾਏ ਮਿਹਰਬਾਨੇ ਜਿਹੜੇ ਦੋਸਤ ਪਹਿਲੀ ਵਾਰੀ ਮੇਰਾ ਚੈਨਲ ਵੇਖ ਰਹੇ ਨੇ ਉਹਨਾਂਗੇ ਮੇਰੀ ਗੁਜ਼ਾਰਿਸ਼ ਹੈ ਕਿ ਵੀਡੀਓ ਮੁਕੰਮਲ ਵੇਖਣੀ ਹੈ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਇਕ ਸ਼ੇਅਰ ਜ਼ਰੂਰ ਕਰਿਆ ਜੇ ਬਰਾਏ ਮਿਹਰਬਾਨੀ ਓਨਰ ਨਾਲ ਤੁਹਾਡੀ ਮੁਲਾਕਾਤ ਕਰਾਨੇ ਆ ਅੱਜ ਮੈਂ ਪਾਕਿਸਤਾਨ ਦਾ ਬੜਾ ਮਸ਼ਹੂਰ ਤੀਰਜੜ ਜ਼ਿਲ੍ਹਾ ਗੁਜਰਾਤ ਦੇ ਵਿੱਚ ਜਿਹੜਾ ਪਾਇਆ ਜਾਂਦਾ ਉਹਨਾਂ ਦੇ ਡੇਰੇ ਤੇ ਆਇਆ ਹੋਇਆ ਹਾਂ ਚੌਧਰੀ ਯਾਸਰ ਸਾਹਿਬ ਨਜ਼ਰਨਾ ਹੈ ਮਾਸ਼ਾਅੱਲਾ ਬੜੀਆਂ ਹੀ ਪਿਆਰੀਆਂ ਬੱਕਰੀਆਂ ਔਰ ਬੜੇ ਸੋਹਣੇ ਘਾਜ਼ ਦੇ ਨਾਲ ਇਹਨਾਂ ਰੱਖੀਆਂ ਹੋਈਆਂ ਨੇ ਬੜੇ ਪਿਆਰੇ ਤਰੀਕੇ ਦੇ ਨਾਲ ਇਹਨਾਂ ਨੂੰ ਮਤਲਬ ਖੁਰਾਕ ਪਾਉਂਦੇ ਨੇ ਔਰ ਸਾਰੀਆਂ ਮਾਸ਼ਾਅੱਲਾ ਬਹੁਤ ਖੂਬਸੂਰਤ ਬੱਕਰੀਆਂ ਨੇ ਵੱਤ ਤੋਂ ਵੱਧ ਬੱਕਰੀਆਂ ਨੇ ਲੋਵਾ ਮੇਰੇ ਸੱਜਣੋ ਤੇ ਬੈਲੀਓ ਅੱਜ ਤੁਹਾਡੇ ਖਾਤਰ ਮਾਸ਼ਾਅੱਲਾ ਬੜੇ ਸੋਹਣੇ ਸੁਨੱਖੇ ਹੀਰਿਆਂ ਦੇ ਤੋਹਫੇ ਲੈ ਕੇ ਆਇਆ ਬੜੀਆਂ ਸੋਹਣੀਆਂ ਬੱਕਰੀਆਂ ਉਹਨਾਂ ਦੋਸਤਾਂ ਵਾਂਗ ਤੇ ਜਿਹੜੇ ਅਕਸਰ ਟੈਲੀਫੋਨ ਕਰਦੇ ਰਹਿੰਦੇ ਰਹੇ ਕਹਿੰਦੇ ਨੇ ਗੋਰ ਸਾਹਿਬ ਸਾਨੂੰ ਬੱਕਰੀਆਂ ਚੰਗੀਆਂ ਕਰੋ ਲੈ ਕੇ ਦਿਓ ਬਰਾਏ ਮਿਹਰਬਾਨੇ ਅੱਜ ਤੁਹਾਡੇ ਵਾਸਤੇ ਚੰਗੀਆਂ ਬੱਕਰੀਆਂ ਲੈ ਕੇ ਆਇਆ ਵਾਂ ਤੇ ਮناسب ਰੇਟਾਂ ਦੇ ਵਿੱਚ ਮਾਸ਼ਾਅੱਲਾ ਓਨਰ ਨਾਲ ਤੁਹਾਡੀ ਮੁਲਾਕਾਤ ਕਰਾਣੇ ਆ ਵੀਡੀਓ ਮੁਕੰਮਲ ਵੇਖਣੀ ਹੈ ਤੇ ਬੱਕਰੀਆਂ ਮناسب ਰੇਟਾਂ ਦੇ ਵਿੱਚ ਸੂਈਆਂ ਬੱਕਰੀਆਂ ਸੋਹਣੀਆਂ ਅੱਲਾਹ ਪਾਕ ਦੇ ਫਜ਼ਲ ਔਰ ਕਰਮ ਦੇ ਨਾਲ origignal ਗੁਜਰਾਤੀ ਬੀਤਲ ਬਰੀਡ ਵਿੱਚ ਬੱਕਰੀਆਂ ਨੇ ਇਹ ਤੁਹਾਨੂੰ ਵਿਖਾ ਰਿਆਂ ਤੇ ਇਹਨਾਂ ਦੇ ਰੇਟ ਵੀ ਚੈੱਕ ਕਰਵਾ ਕੇ ਦਿਆਂਗਾ ਜਿਸ ਮੇਰੇ ਭਾਈ ਨੂੰ ਚਾਹੀਦੀਆਂ ਹਨ ਇਹਨਾਂ ਨਾਲ ਰابطਾ ਕਰ ਲਿਓ ਇਹਨਾਂ ਦਾ ਨੰਬਰ ਉੱਤੇ ਚਲਾ ਦੇਵਾਂਗਾ ਅੱਲਾਹ ਪਾਕ ਦੇ ਫਜ਼ਲ ਔਰ ਕਰਮ ਦੇ ਨਾਲ ਤੁਹਾਡੇ ਕੋ ਬੱਕਰੀਆਂ ਜਾਣਦੀਆਂ ਤਾਂ ਤੁਸੀਂ ਇਹ ਨਹੀਂ ਆਖਣ ਲੱਗੇ ਕਿ ਸਾਨੂੰ ਮਤਲਬ ਦਾਲ ਲੱਗ ਗਿਆ ਜਾਂ ਮਤਲਬ ਸਾਡੇ ਨਾਲ ਫਰਾਡ ਹੋ ਗਿਆ ਐਸਾ ਤੁਹਾਨੂੰ ਕੋਈ ਸ਼ਿਕਵਾ ਨਹੀਂ ਆਉਣ ਲੱਗਾ ਅੱਲਾ ਪਾਕ ਦੇ ਕਰਮ ਔਰ ਫਜ਼ਲ ਅਸਲਾਮੁਅਲੈਕਮ ਜੀ ਵਾਲੈਕਮ ਸਲਾਮ ਜੀ ਜਨਾਬ ਦਾ ਕੀ ਨਾਂ ਹੈ ਯਾਸਰ احمد ਯਾਸਰ احمد ਸਾਹਿਬ ਨਵੇਂ ਆ ਕਿਸਾਨ ਭਰਾਵਾਂ ਨੂੰ ਆਪਣੇ ਇਲਾਕੇ ਦਾ ਤਾਰਫ ਕਰਾ ਛਡੋ ਜਰਾ ਪਿੰਡ ਸ਼ਾਦੀਆਲ ਜ਼ਿਲ੍ਹਾ ਗੁਜਰਾਤ ਜੀ ਪਾਵਰ ਹੌਸਤੇ ਡੇਰਾ ਪਾਵਰ ਹੌਸਤੇ ਡੇਰਾ ਠੀਕ ਹੈ ਨੀਆਂ ਰੱਖੀਆਂ ਨੇ ਮਾਸ਼ਾਅੱਲਾ ਮਾਸ਼ਾਅੱੱਲਾ ਯਾਨਕਿ ਦੇਸੀ ਬਰੀਡ ਹੈ ਦੇਸੀ ਬਰੀਡ ਯਾਨਕਿ ਜਿਹੜਾ ਸ਼ਾਦੀਆਲ ਵਾਲਾ ਪਾਵਰ ਉਹਦੇ ਤੁਸੀਂ ਕੋਲ ਰਹਿੰਦੇ ਹੋ ਬਿਲਕੁਲ ਉਹਦੇ ਨਜ਼ਦੀਕ ਹੀ ਕਿਲਾ ਡੇਡ ਦਾ ਫਾਸਲਾ ਹੈ ਕਿਲਾ ਡੇਡ ਦਾ ਫਾਸਲਾ ਤੇ ਤੁਹਾਡਾ ਮਤਲਬ ਹੈ ਕੀ ਕਰਕੇ ਕੋ ਬੰਦਾ ਪੁੱਛੇ ਤਾਂ ਤੁਰ ਤੁਰੇ ਪਹੁੰਚ ਆਵੇ ਦਾ ਬੱਕਰੀਆਂ ਵਾਲਾ ਵੀ ਪੁੱਛ ਲੈ ਬੂਫੜੇ ਵੀ ਪੁੱਛ ਲੈ ਤਾਂ ਵੀ ਪਤਾ ਲੱਗ ਜਾਂਦਾ ਬੂਫੜੇ ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ ਇਹ ਅੱਜ ਮੈਨੂੰ ਦੱਸੋ ਕਿ ਨਵੇਂ ਕਿਸਾਨ ਭਰਾਵਾਂ ਵਾਤੋਂ ਕੋਈ ਐਸੇ ਤੋਹਫੇ ਤੁਹਾਡੇ ਕੋਲੇ ਆਏ ਨੇ ਜਿਹੜੀਆਂ ਚੰਗੀਆਂ ਬੱਕਰੀਆਂ ਹੋਣ ਕਿਉਂਕਿ ਬੰਦੇ ਬੜੇ ਖੱਜਲ ਤੇ ਪਰੇਸ਼ਾਨ ਹੋ ਰਹੇ ਨੇ ਮੈਂ ਤਾਂ ਨਾ ਬਹੁਤ ਜ਼ਿਆਦਾ ਬੱਕਰੀਆਂ ਨੇ ਜਿਹੜੀਆਂ ਭਰਾ ਪਸੰਦ ਕਰਨ ਜਿਹੜੀ ਲੈਣੀ ਹੋਵੇ ਅਸੀਂ ਦਿਆਂ ਦੇ ਕਿ ਭਰਾਵਾਂ ਨਾਲ ਕਿਹੜਾ ਬਈ ਵੰਡੀ ਤੁਹਾਡੇ ਕੋਲੇ ਕੋਈ ਸੱਜਰੀ ਸੂਈ ਬੱਕਰੀ ਇੱਕ ਨੰਬਰ ਗੁਜਰਾਤੀ ਬਰੀਡ ਦੇ ਵਿੱਚ ਕੋਈ ਹੈ ਤੁਹਾਡੇ ਕੋਲੇ ਹਾਂਜੀ ਹੈ ਨਾ ਕੋਈ ਵਿਖਾ ਸਕਦੇ ਹੋ ਸੱਜਰੀ ਸੂਈ ਬੱਕਰੀ ਵਿਖਾਣੇ ਆ ਵਿਖਾਓ ਹਾਂ ਜ਼ਰਾ ਆ ਜਾਓ ਜੀ ਲੋ ਜੀ ਬੱਕਰੀ ਨੰਬਰ 1 ਆ ਗਈ ਹੈ ਮਾਸ਼ਾਅੱਲਾ ਮਾਸ਼ਾਅੱਲਾ ਬੜੀ ਪਿਆਰੀ ਬੱਕਰੀ ਹੈ ਵੇਖ ਲਓ ਤੁਸੀਂ ਮਾਸ਼ਾਅੱਲਾ ਦੋ ਇਹਦੇ ਬੱਚੇ ਨੇ ਥਣਹਾਨਾ ਦਾ ਤੁਸੀਂ ਚੈੱਕ ਕਰ ਲਓ ਮਾਸ਼ਾਅੱਲਾ ਬੜਾ ਪਿਆਰਾ ਲਿਬਾਸ ਹੈ ਅੱਲਾ ਪਾਕ ਦੇ ਫਜ਼ਲ ਔਰ ਕਰਮ ਦੇ ਨਾਲ ਅੱਲਾ ਨੇ ਆਪਣੀਆਂ ਰਹਿਮਤਾਂ ਦੇ ਨਾਲ ਨਵਾਜ਼ਿਆ ਹੈ ਇਹ ਵੇਖ ਲਓ ਤੁਸੀਂ ਕੋਈ ਠੱਗੀ ਨਹੀਂ ਕੋਈ ਮਤਲਬ ਝੂਠ ਨਹੀਂ ਹੈ ਬੱਚਾ ਵੇਖ ਲਓ ਮਾਸ਼ਾਅੱਲਾ ਸ਼ੇਰੇ ਕਲਰ ਦਾ ਬੱਚਾ ਦੁੱਧ ਪੀ ਰਿਹਾ ਤੇ ਤੇਲਾ ਬੱਲਾ ਬੱਚਾ ਉਰਲੇ ਪਾਸੇ ਵੇ ਮਾਸ਼ਾਅੱਲਾ ਮਾਸ਼ਾਅੱਲਾ ਇੱਕ ਵਾਰ ਫੇਰ ਗੌਰ ਦੇ ਨਾਲ ਵੇਖ ਲਓ ਨਾਜ਼ਰੀਨ ਅੱਛਾ ਯਾਸਰ ਭਾਈ ਮੈਨੂੰ ਇਹ ਦੱਸੋ ਇਸ ਬੱਕਰੀ ਦਾ ਰੰਗ ਟੰਗ ਕੀ ਆਪਣੀ ਜ਼ੁਬਾਨ ਦੇ ਵਿੱਚ ਨੂੰ ਬੋਲ ਦਿਓ ਬਾਜੀ ਇਹਦਾ ਪੀਲਾ ਰੰਗ ਹੈ ਜੀ ਕੁਸ਼ਲ ਇਹਦੇ ਕੋਲ ਲੁੰਡੀ ਅਸੀ ਕਰਕੇ ਭਲਾਣੇ ਹਨ ਇਹਨੂੰ ਠੀਕ ਹੈ ਪਈ ਹੈ ਪੀਲਾ ਰੰਗ ਹੈ ਤੇ ਲੁੰਡੀ ਹੈ ਜੀ ਕੁਸ਼ਲ ਕੋ ਨਹੀਂ ਹੈ ਤਾਂ ਹਾਂ ਜੀ ਕੁਸ਼ਲ ਕੋ ਨਹੀਂ ਠੀਕ ਹੈ ਇਹ ਦੱਸੋ ਕਿ ਕਿੰਨੇ ਸਵੇ ਸੋਈ ਹੈ ਬਾਜੀ ਤੀਜੇ ਸਵੇ ਸੋਈ ਹੈ ਜੀ ਆਹ ਉਹਨਾਂ ਪਿੱਛੇ ਜੋੜਾ ਲੈ ਲਿਆ ਦਾ ਜੋੜਾ ਲੈ ਲਿਆਂ ਦਾ ਤੀਜੇ ਸੂਏ ਸੂਈਏ ਦੁੱਧ ਦਾ ਕੀ ਰਿਕਾਰਡ ਹੈ ਦਾ ਦੁੱਧ ਹੈ ਕੋ ਚਾਰ ਕਿ ਸੇਰ ਚਾਰ ਸੇਰ ਦੁੱਧ ਦੇ ਮਾਸ਼ਾ ਅੱਲਾ ਮਾਸ਼ਾ ਅੱਲਾ ਅਗਰ ਕੋਈ ਕਿਸਾਨ ਭਰਾ ਤੁਹਾਡੇ ਕੋ ਖਰੀਦਣਾ ਚਾਏ ਜੀ ਇਹਦੀ ਕਿੰਨੀ ਕੁ ਕੀਮਤ ਜੀ ਬਾਜੀ ਇਹਦਾ 1.5 ਲੱਖ ਰੁਪਈਆ ਹੈ 1.5 ਲੱਖ ਰੁਪਈਆ ਮਾਸ਼ਾ ਅੱਲਾ ਲੋ ਜੀ ਬੱਕਰੀ ਕੋਈ ਫੇਰ ਵੇਖ ਲੋ 1.5 ਲੱਖ ਰੁਪਈਆ ਵਾਲੀ ਬੱਕਰੀ ਮਾਸ਼ਾ ਅੱਲਾ ਕਿਸੇ ਪਾਸੋਂ ਨੇ ਖੁੰਜੀ ਹੁਸਨ ਦਾ ਸ਼ਾਹਕਾਰ ਹੈ ਮਾਸ਼ਾ ਅੱਲਾ ਮਾਸ਼ਾ ਅੱਲਾ ਆ ਵੇਖੋ ਤੁਸੀਂ ਆਣਵਾ ਨਾ ਬੱਕਰੀ ਦਾ ਚੈੱਕ ਕਰੋ ਇਹਦੇ ਬੱਚੇ ਨੇ ਬੱਚੇ ਦਾ ਕੀ ਰੰਗ ਹੈ ਜੀ ਉਹ ਬੱਕਰੀ ਦਾ ਸ਼ੇਰਾ ਤੇ ਕਿੰਨਾ ਤੇਲਾ ਬਲ ਹੈ ਇੱਕ ਦਾ ਸ਼ੇਰਾ ਨਰਨਦ ਹੋਵੇ ਜਿਆਦਾ ਨਰਨ ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਨਾਜ਼ਰੀਨ ਆ ਤੁਸੀਂ ਵੇਖ ਲਓ ਇਹ ਵੇਖੋ ਮਾਸ਼ਾਅੱਲਾ ਮਾਸ਼ਾਅੱਲਾ ਬੱਕਰੀ ਨੰਬਰ ਕੋ ਦੋ ਵਹਾਓ ਜੀ ਲੋ ਜੀ ਬੱਕਰੀ ਨੰਬਰ 2 ਆ ਗਈ ਹੈ ਮਾਸ਼ਾਅੱਲਾ ਵੇਖੋ ਤੁਸੀਂ ਬੱਕਰੀ ਇਹ ਕਿਹੜੇ ਰੰਗ ਚ ਬੱਲਾ ਜੀ ਬੱਕਰੀ ਬਾਜੀ ਸ਼ੇਰਾ ਬੱਲਾ ਰੰਗ ਹੈ ਸ਼ੇਰਾ ਬੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਸਿੰਘਾਂ ਦੀ ਨਾਰੀ ਹੈ ਜੀ ਇਹ ਕਿੰਵੇਂ ਸਵੇ ਸੂਈ ਚ ਤੀਜੇ ਸਵੇ ਵੀ ਸੂਈ ਜੀ ਤੀਜੇ ਸਵੇ ਸੂਈ ਜੇ ਵੇਖੋ ਜੀ ਅੱਜ ਬੱਕਰੀਆਂ ਸੁਭਾਨ ਅੱਲਾ ਸੁਭਾਨ ਅੱਲਾ ਮਾਸ਼ਾਅੱਲਾ ਤੇ ਕਿੰਨੇ ਬੱਚੇ ਦਿੱਤੇ ਸੋਨੇ ਇੱਕ ਬੱਚਾ ਇੱਕ ਬੱਚਾ ਇਹ ਨਨਾਰੇ ਕ ਮਾਦੀ ਹੈ ਇਹਦਾ ਕੀ ਰੰਗ ਜੀ ਇਹਦਾ ਰੰਗ ਤੇ ਲਾਏ ਤੇਲਾ ਮਾਸ਼ਾਅੱਲਾ ਜੀ ਵੇਖੋ ਜੀ ਵੇਖੋ ਜੀ ਗੁਜਰਾਤ ਦੀਆਂ ਬੱਕਰੀਆਂ ਮਾਸ਼ਾਅੱਲਾ ਤੁਸੀਂ ਆਂਦੇ ਹੋ ਗੁਜਰਾਤੀ ਬੱਕਰੀਆਂ ਕੋਲ ਦੁੱਧ ਨਹੀਂ ਆਣਾ ਅੱਜ ਉਹਨਾਂ ਨਾਜ਼ਰੀਨ ਨੂੰ ਮੈਂ ਬਖਾਰਿਆ ਕਿ ਮਾਸ਼ਾਅੱਲਾ ਦੁੱਧ ਵਾਲੀਆਂ ਬੱਕਰੀਆਂ ਨੇ ਅੱਛਾ ਯਾਸਰ ਭਾਈ ਮਾਨੂੰ ਇਹ ਦੱਸੋ ਇਸ ਬੱਕਰੀ ਦਾ ਕੀ ਰਿਕਾਰਡ ਹੈ ਤੁਹਾਡੇ ਕੋਲੇ ਬਾਜੀ ਦੁੱਧ 6 6 ਲੀਟਰ ਦਿੰਦੀ ਹੈ ਜੀ ਸਹੀ ਹੈ ਤਮਾ ਟਮਾ ਤਰੇ ਉਸੇ ਤਰੇ ਠੀਕ ਹੈ ਤੇ ਕਿੰਵੇਂ ਸਵੇ ਸੁਈ ਚ ਤ੍ਰਿਜੇ ਸਵੇ ਸੂਈਏ ਤੇ ਕੀ ਕੀਮਤ ਹੈ ਜਨਾਬ ਇਹਦੀ ਬਾਜੀ ਇਹਦਾ 2 ਲੱਖ ਰੁਪਇਆ 2 ਲੱਖ ਰੁਪਇਆ ਕੀਮਤ ਹੈ ਮਾਸ਼ਾਅੱਲਾ ਬੱਕਰੀ ਦੀ ਤ੍ਰਿਜੇ ਸਵੇ ਸੂਈਏ ਸ਼ੇਰੀ ਬੱਲੀ ਐ ਵੇਖੋ ਜਨਾਬ ਬੱਕਰੀ ਇੱਕ ਵਾਰ ਫੇਰ ਵੇਖ ਲਓ ਕਿਸੇ ਪਾਸੋਂ ਬੱਕਰੀ ਖੁੰਜੀ ਹੈ ਤਾਂ ਜਨਾਬ ਸਾਨੂੰ ਦੱਸੋ ਕਿ ਬੱਕਰੀ ਖੁੰਝ ਗਈ ਹੈ ਧਰੋ ਮਾਸ਼ਾਅੱਲਾ ਮਾਸ਼ਾਅੱਲਾ 2 ਲੱਖ ਰੁਪਇਆ ਕੀਮਤ ਹੈ ਜਨਾਬ ਬੱਕਰੀ ਦੀ ਬਹੁਤ ਹੀ ਪਿਆਰੀਆਂ ਬੱਕਰੀਆਂ ਵੇਖੋ ਥਣਵਾਨਾ ਕੱਸੀ ਹੋਈ ਹੈ ਬੱਕਰੀ ਤੇ ਕੋ ਟਰਣੇ ਪੈਂਦਾ ਮਾਸ਼ਾਅੱਲਾ अच्छा यासर भाई जकरियां तुम विखाइया ने माशाल्लाह एक नंबर क्वालिटी जी बकरियां ने क्योंकि अस आ जाए समझने से बकरी को बकरियां बकरिया बसात बसत तो खुद भी रखी दी ना तो जानते हैं कि गोट समाश वाला बसत खुद भी आ जाए बराये मेहरबानी हूं बकरियां कोई मुनासिब रेटियाँ दसो जरा नवा किसान भरा गरीब किसान भरा बकरियां खरीद सके मुनासिब रेट होी बकरी सू विओ ए बकरी नंबर तीन आ गई माशाला की ना है जनाब इस बकरी का ना तेला बला ਸਿੰਘਾਂ ਦੇ ਨਾਰੇ ਮਾਸ਼ਾਅੱਲਾ ਵੇਖੋ ਜੀ ਨਾਰੇ ਸਿੰਘ ਵੇਖ ਲਓ ਤੁਸੀਂ ਮਾਸ਼ਾਅੱਲਾ ਮਾਸ਼ਾਅੱਲਾ ਕੁਦਰਤ ਵਾਲਿਆਂ ਨੇ ਬਣਾ ਬਣਾ ਕੇ ਮਾਸ਼ਾਅੱਲਾ ਕਿੱਡਾ ਸੋਹਣਾ ਵੇਖੋ ਆਪਣੇ ਹੱਥਾਂ ਨਾਲ ਘੜ ਕੇ ਸੋਹਣਾ ਡਿਜ਼ਾਈਨ ਅੱਲਾ ਪਾਕ ਦੀ ਜ਼ਾਤ ਨੇ ਉਹਨੂੰ ਦਿੱਤਾ ਐ ਵੇਖ ਲਓ ਇਹ ਸੂਈ ਇੱਕ ਸੋਨੇ ਵਾਲੀ ਹੈ ਸੋਨੇ ਵਾਲੀ ਇਹ ਕਿੰਨੇ ਮਹੀਨੇ ਲੱਗਿਆ ਜਨਾਬੇ ਨੂੰ ਬਸ ਤਿਆਰ ਹੀ ਹੈ ਜੀ ਮੈਂ ਪੰਜਵਾਂ ਮਹੀਨਾ ਲੱਗ ਗਿਆ ਨੂੰ ਲੱਗੇ ਅੱਧਿਆੜਿਆਂ ਪੰਜ ਸੱਤਾਂ ਨਹੀਂ ਇਹ ਕਿੰਨਾ ਸੋਹ ਜ ਬੱਕਰੀ ਜਨਾਬ ਇਹ ਬੱਕਰੀ ਚੌਥੇ ਸੂਹ ਚੌਥੇ ਸੂਹ ਬੱਕਰੀ ਨੂੰ ਛੱਡ ਦਿਓ ਚੌਥੇ ਸੂ ਬੱਕਰੀ ਏ ਇਹਦਾ ਮਤਲਬ ਹੈ ਕਿ ਕੋਈ ਡਿਮਾਂਡ ਹੈ ਕੋਈ ਕਿਸੇ ਭਰਾ ਨੂੰ ਲੈਣੀ ਹੈ ਕਿਸੇ ਨੇ 60000 ਰੁਪਏ 60000 ਰੁਪਏ ਮੋਲੇ ਮਾਸ਼ਾਅੱਲਾ ਬੱਕਰੀ ਕੇ ਜਨਾਬੇ ਕਰੇ ਫੇ ਵੇ ਲੋ ਤੇਲੀ ਬੱਲੀ ਸਿੰਗਾ ਤੋਂ ਨਾਰੀ ਮਾਸ਼ਾਅੱਲਾ ਜੇ ਵੇਖੋ ਤੇਲੀ ਬੱਲੀ ਨਾਜ਼ਰੀਨ ਬੱਕਰੀ 60000 ਰੁਪਿਆ ਕੀਮਤ ਖਸੂਸੀ ਤੌਰ ਤੇ ਉਹਨਾਂ ਪਰਵਾਮਾਤੇ ਕਿ ਜਿਹੜੇ ਨਵੇਂ ਸੱਕਮ ਨੂੰ ਕਰਨਾ ਚਾਹੁੰਦੇ ਨੇ ਦੁੱਧ ਦਾ ਕੀ ਰਿਕਾਰਡ ਜਿਸ ਬੱਕਰੀ ਦਾ ਉੱਤ ਚਾਰ ਸਿਰ ਆ ਦੋ ਚਾਰ ਸਿਰ ਦੁੱਧ ਦਾ ਰਿਕਾਰਡ ਹੈ ਮਾਸ਼ਾਅੱਲਾ ਮਾਸ਼ਾਅੱਲਾ ਵੇਖੋ ਜੀ ਤੇ ਬੱਕਰੀ ਨੰਬਰ ਜਨਾਬ 4 ਬਹਾਉ ਤੁਹਾਡੇ ਪਿੱਛੇ ਹੋ ਜੋ ਆ ਬੱਕਰੀ ਹੈ ਸ਼ੇਰੀ ਬੱਲੇ ਸ਼ੇਰੀ ਬੱਲੀ ਬੱਕਰੀ ਮਾਸ਼ਾਅੱਲਾ ਬੋਲੋ ਬੱਕਰੀ ਦਾ ਕੀ ਰਿਕਾਰਡ ਹੈ ਪਾ ਜੀ ਬੱਕਰੀ ਜਿਹੜੀ ਇਹ ਬਹੁਤ ਚੰਗੀ ਹੈ ਦੁੱਧ ਵੀ ਜ਼ਿਆਦਾ ਹੈ ਠੀਕ ਹੈ ਜਿੰਨਾ ਆਖੀ ਉਹਨਾਂ ਫਿਰ ਪਾਣਾ ਤੇ ਉਹਨਾਂ ਲੈਣਾ ਨਾਲ ਸਰ ਜੀ ਠੀਕ ਹੈ ਠੀਕ ਹੈ ਯਾਨੀ ਕਿ ਜੇ ਭੁਖੀਆਂ ਰੱਖੀਏ ਤਾਂ ਕੋਈ ਸ਼ੈ ਨਹੀਂ ਕੋਈ ਸ਼ੈ ਨਹੀਂ ਫਿਰ ਤੇ ਉਹ ਹੀ ਦੇਣਾ ਸੋ ਜ ਮਤਲਬ ਹੈ ਕਿ ਜੇ ਕਿੱਲੇ ਤੇ ਬੰਨ ਛੜੀਏ ਤਾਂ ਕੋਈ 6 6 ਵਾਲੀ ਗੱਲ ਕੋ ਨਹੀਂ ਨਾ 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 6 44 ਵਾਲੀ ਗੱਲ ਕੋ ਨਹੀਂ 6 4 ਕਿੱਥੇ ਦੇਣਾ ਸੋ ਠੀਕ ਹੈ ਜਾ ਅੱਛਾ ਜੀ ਇਹ ਕਿੰਨੇ ਮੈਂ ਸਵੇ ਸੁਈ ਬੱਕਰੀ ਇਹ ਤੀਜਾ ਸਵੇ ਸੁਣਾ ਸੋ ਲੋ ਜੀ ਤੀਜੇ ਸਵੇ ਸੋਣਿਆ ਨੇ ਬੱਕਰੀ ਨੇ ਕਿੰਨਾ ਮਹੀਨਾ ਪਾਜੀ ਲੱਗਿਆ ਨੂੰ ਇਹਨੂੰ ਤਕਰੀਬਨ ਤੀਜਾ ਕੁ ਮਹੀਨਾ ਲੱਗਿਆ ਤੀਜਾ ਮਹੀਨਾ ਲੱਗਿਆ ਨਾਜ਼ਰੀਨ ਸ਼ੇਰੀ ਬੱਲੀ ਬੱਕਰੀ ਆ ਗਈ ਮਾਸ਼ਾ ਅੱਲਾ ਇੱਕ ਵਾਰੀ ਆਪਣੀ ਅੱਖਾਂ ਦੇ ਸਾਹਮਣੇ ਫੇਰ ਇਹਨਾਂ ਵੇਖ ਲਓ ਬੱਕਰੀ ਨੂੰ ਆਹ ਵੇਖੋ ਹਰ ਪਾਸੋਂ ਧਿਆਨ ਦੇ ਨਾਲ ਨਜ਼ਰ ਮਾਰ ਲੈਣੀ ਹੈ ਮਾਸ਼ਾਅੱਲਾ ਬੱਕਰੀ ਦਾ ਮਤਲਬ ਹੈ ਸਭ ਨਾਲ ਸਭ ਤੁਹਾਨੂੰ ਪੁੱਛ ਦਿੰਨੇ ਆਂ ਤੇ ਬੱਕਰੀ ਇੱਕ ਵਾਰ ਧਿਆਨ ਨਾਲ ਵੇਖ ਲਓ ਮਾਸ਼ਾਅੱਲਾ ਤੁਸੀਂ ਅੱਛਾ ਯਾਸਰ ਭਾਈ ਮੈਨੂੰ ਇਹ ਦੱਸੋ ਕਿ ਇਹਦੀ ਕੀ ਕੀਮਤ ਹੈ ਬਾਜੀ ਇਹਦਾ 55000 ਰੁਪਈਆ ਹੈ 55000 ਰੁਪਈਆ ਕੀਮਤ ਤੇ ਦੁੱਧ ਦਾ ਕੀ ਰਿਕਾਰਡ ਹੈ ਦਾ ਦੁੱਧ ਦੇ ਥੱਲੇ ਆਕ ਪੰਜ ਸੇਰ ਪੰਜ ਸੇਰ ਦੁੱਧ ਦੇ ਮਾਸ਼ਾਅੱਲਾ ਪੰਜ ਸੇਰ ਹੀ ਬੱਕਰੀ ਹੈ ਜੀ ਤੇ ਕਿਨੇ ਮਸੂਵੇ ਸੂਈ ਜੇ ਤੇ ਦੋ ਗੱਸ ਸੂਈ ਤੇਰੀ ਜਾ ਹੁਣ ਸੁਣਾ ਬੱਚੇ ਕਿਹੜੇ ਰੰਗ ਦੇ ਪਾਂਦੀ ਏ ਬੱਚੇ ਸ਼ੇਰੇ ਬੱਲੇ ਸ਼ੇਰੇ ਬੱਲੇ ਮਾਸ਼ਾਅੱਲਾ ਮਾਸ਼ਾਅੱਲਾ ਜੀ ਅੱਛਾ ਜੀ ਲਾਲਾ ਜੀ ਯਾਸਰ ਬਾਏ ਐਸ ਬੱਕਰੀ ਦਾ ਸਭ ਨਸਬ ਦੱਸੋ ਇਹਦੀ ਮਾਂ ਦਾ ਕੀ ਰਿਕਾਰਡ ਏ ਤੇ ਇਹਦਾ ਕੀ ਰਿਕਾਰਡ ਏ ਇਹ ਬੱਕਰੀ ਬਹੁਤ ਘਰੇ ਦੀ ਹੈ ਸਹੀ ਹੈ ਇਹਦੀ ਮਾਂ ਵੀ ਬਹੁਤ ਚੰਗੀ ਸੀ ਜੀ ਠੀਕ ਹੈ ਜੀ ਇਹ ਵੀ ਚੰਗੀ ਹੈ ਇਹ ਵੀ ਚੰਗੀ ਹੈ ਸਹੀ ਹੈ ਉਹ ਬੱਕਰੀ ਵੀ ਅਸੀਂ ਵੇਚੀ ਨਹੀਂ ਠੀਕ ਹੈ ਹਾਂ ਚਲੋ ਮਾਰ ਜੇ ਤੇ ਉਹ ਇੱਕ ਵੱਖਰੀ ਗੱਲ ਹੈ ਯਾਨੀ ਕਿ ਇਹਦੀ ਮਾਂ ਵੀ ਤੁਹਾਡੇ ਕੋਲ ਮੌਜੂਦ ਹੈ ਮੌਜੂਦ ਹੈ ਠੀਕ ਹੈ ਇਹ ਬੱਕਰੀ ਵੀ ਬਹੁਤ ਚੰਗੀ ਹੈ ਦੁੱਧ ਵੀ ਦਿੰਦੀਆਂ ਨੇ ਰਾਜ ਜਿੰਨਾ ਆਖੀ ਹੈ ਜੀ ਸਹੀ ਹੈ ਜੀ ਬਹੁਤ ਜ਼ਿਆਦਾ ਜੀ ਜੀ ਇਹ ਚੰਗੀ ਨਸਲ ਹੈ ਐਵੇਂ ਬੰਦਾ ਬਿਆਖੇ ਕੀ ਰੰਗ ਟੰਗ ਦੇ ਇਹ ਵੀ ਸ਼ੇਰੀ ਬੱਲੀ ਹੈ ਸ਼ੇਰੀ ਬੱਲੀ ਹੈ ਵੀ ਸ਼ੇਰੀ ਬੱਲੀ ਨਾਜ਼ਰੀਨ ਬੱਕਰੀ ਵੇਖ ਲਓ ਮਾਸ਼ਾਅੱਲਾ ਮਾਸ਼ਾਅੱਲਾ ਕਿੰਨੇ ਮੈਂ ਸਵੇਜ ਜਨਾਬ ਐ ਬકરી ਇਹ ਭਾਜੀ ਦੂਜੇ ਸਵੇ ਸੁਆ ਸੁਣਾ ਸੁਣਾ ਦੂਜੇ ਸਵੇ ਯਾਨੀ ਕਿ ਪਾਠ ਹੋ ਜਾਂਦਾ ਫਿਰ ਤੇ ਹਾਂਜੀ ਪਾਠ ਹੀ ਹੈ ਹਾਂਜੀ ਤੇ ਦੁੱਧ ਦਾ ਕੀ ਰਿਕਾਰਡ ਹੈ ਪਹਿਲੇ ਸਵੇ ਕਿੰਨਾ ਦੁੱਧ ਦਿੱਤਾ ਸੀ ਸੁਆ ਦੁੱਧ ਦਿੱਤਾ ਸੀ 4 4 ਸੇਰ 5 ਸੇਰ 4 ਤੋਂ 5 ਸੇਰ ਦੁੱਧ ਨੇ ਦਿੱਤਾ ਜਨਾਬ ਪਹਿਲੇ ਸਵੇ ਤੇ ਦੂਜੇ ਸਵੇ ਦੁੱਧ ਤੇ ਵਧਾ ਜਾਂਦੀਆਂ ਨੇ ਵਧਾ ਜਾਂਦੀਆਂ ਨੇ ਦੂਜਾ ਜਿਉ ਜਿਉ ਪੁਰਾਣੀਆਂ ਹੁੰਦੀਆਂ ਨੇ ਫਿਰ ਤੇ ਦੁੱਧ ਤੇ ਤਾਂ ਹੀ ਦੇਣਾ ਹੁੰਦਾ ਜੀ ਉਹਨਾਂ ਕਈ ਭਰਾ ਆਂਦੇ ਨੇ ਮੈਂ ਪੱਥਾ ਪਾ ਲੀਆ ਜਾਂ ਪਹਿਲੇ ਸਵੇ ਆੜੀਆਂ ਪਾ ਲੀਆ ਔਰ ਜਾ ਕੇ ਦੁੱਧ ਤਾਂ ਨਹੀਂ ਦਿੰਦੀਆਂ ਇਹਨਾਂ ਠੀਕ ਹੋ ਗਿਆ ਦੁੱਧ ਦਿੰਨੀਆਂ ਨੇ ਤਰੀਜਾ ਚੌਥੇ ਸਵੇਰ ਜਾ ਕੇ ਕੋਈ ਜਿੰਨਾ ਲੈਣਾ ਹੋਵੇ ਜੀ ਜਾ ਇਹ ਦੱਸੋ ਕਿ ਇਹਦੀ ਕਿੰਨੀ ਕੀਮਤ ਕੁ ਪਿਆਰ ਮੁਹੱਬਤ ਕਰਕੇ ਇਹਦਾ 1,50,000 ਰੁਪਈਆ ਹੈ 1,50,000 ਰੁਪਈਆ ਵਾਲੀ ਬੱਕਰੀ ਮਾਸ਼ਾਅੱਲਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਨਾਜ਼ਰੀ ਨਾ ਗਈ ਆ ਵੇਖ ਲਓ 1,50,000 ਰੁਪਈਆ ਕੀਮਤ ਹੈ ਅੱਛਾ ਕੋਈ ਦੂਰੂ ਭੈਣ ਭਰਾ ਆਵੇ ਕੋਈ ਯਾਰ ਸੱਜਣ ਆਵੇ ਤੋ ਕਰਿਆਤ ਵੀ ਕਰਦੇ ਉਹਦੇ ਨਾ ਕਰ ਲਾਂ ਕਿਹੜੀ ਗੱਲ ਹੈ ਠੀਕ ਹੋ ਗਿਆ ਮਾਸ਼ਾਅੱਲਾ ਜੀ ਤੁਹਾਡੇ ਕੋਲ ਕੋਈ ਪੱਠਾ ਛੋਟੀਆਂ ਆਉਣ ਵੇਚਣ ਵਾਲੀਆਂ ਜਾਂ ਛੋਟੇ ਜਾ ਵੇਚਣੇ ਵਾਲੇ ਹੋਣ ਜਾਤ ਮਰੇ ਇਨਾਂ ਜਿਹੜਾ ਬੱਕਰੀਆਂ ਹਨ 5 6 ਸੋਈਆਂ ਨੇ ਇਹਨਾਂ ਦੇ ਬੱਚੇ ਨੇ ਲੈ ਲੈ ਇਨ ਹਾਂ ਸਾਰੇ ਹੀ ਲੈ ਲੈਣੇ 5 7 ਲੈ ਲੈ ਇਨ ਠੀਕ ਆ ਦੋ ਕੁ ਬੱਚੇ ਵਖਾਓ ਹਾਂ ਲਓ ਜੀ ਇਹ ਬੱਚੇ ਨੇ ਬੱਕਰੀਆਂ ਦੇ ਮਾਸ਼ਾਅੱਲਾ ਕਿਸੇ ਭਰਾ ਨੂੰ ਬੱਚੇ ਚਾਹੀਦੇ ਹੋਣ ਇਹਨਾਂ ਕੋਲੋਂ ਇਹ ਬੱਚੇ ਲਵ ਜਾਣਦੇ ਇਹਨਾਂ ਦਾ ਨੰਬਰ ਸਕਰੀਨ ਤੇ ਚਲਾ ਦਿਆਂਦੇ ਤੇ ਅੱਛਾ ਲਾਲਾ ਜੀ ਇਹ ਜਿਹੜਾ ਬੱਚਾ ਇੱਧਰ ਫੜਿਆ ਜੇ ਇਹਦਾ ਰੰਗ ਟੰਗ ਦੱਸੋ ਇਹਦਾ ਪਾਜੀ ਸ਼ੇਰਾ ਰੰਗ ਹੈ ਸ਼ੇਰਾ ਰੰਗ ਹੈ ਠੀਕ ਹੈ ਇਹਦਾ ਤੇਲਾ ਰੰਗ ਹੈ ਇਹਦਾ ਤੇਲਾ ਰੰਗ ਹੈ ਤੇ ਇਹਨਾਂ ਦੀ ਕਿੰਨੀ ਉਮਰ ਹੋ ਗਈ ਹੈ ਇਹ ਹੋ ਗਏ ਨੇ ਕਿ 55 77 ਪੰਜਾ 50 77 ਦਿਨਾਂ ਦੇ ਹੋ ਗਏ ਨੇ ਜੇਕਰ ਕੋਈ ਬੰਦਾ ਖਰੀਦਣਾ ਚਾਹੇ ਤੁਹਾਡੇ ਕੋਲੋਂ ਤੇ ਕੀ ਮੁੱਲੇ ਦੇ ਨਾਲ ਇਹ ਦੱਸੋ ਕਿ ਇਹਨਾਂ ਨੂੰ ਪਾਲਣ ਦਾ ਤਰੀਕਾਕਾਰ ਕੀ ਹੈ ਜੀ ਪਾਲਣਾ ਦੁੱਧ ਪਿਆਓ ਗਾਈ ਦਾ ਪਿਆਓ ਬੱਕਰੀ ਦਾ ਪਿਆਓ ਜਿਹੜਾ ਵੀ ਦੁੱਧ ਠੀਕ ਹੈ ਗਾਈ ਦਾ ਵੀ ਬਹੁਤ ਜ਼ਿਆਦਾ ਅੱਛਾ ਦੁੱਧ ਹੈ ਜੀ ਜੇ ਬੱਕਰੀ ਨਹੀਂ ਹੈ ਤਾਂ ਗਾਂ ਦਾ ਪਿਆ ਦਿਓ ਜੀ ਜੇ ਅਗਰ ਗਾਂ ਦਾ ਵੀ ਨਹੀਂ ਦੇਣਾ ਨੂੰ ਮਜੀ ਦਾ ਦੁੱਧ ਜਿਹੜਾ ਨਾ ਪਤਲਾ ਕਰਕੇ ਥੋੜਾ ਜਾਵੇ ਸੌਂਡ ਪਾ ਲੋ ਠੀਕ ਹੈ ਤੇ ਉਹ ਇਹਨਾਂ ਨੂੰ ਪਿਆਓ ਕੀ ਪਾਣਾ ਵਿੱਚ ਸੌਂਫਾ ਸੌਂਫਾ ਹਾਂਜੀ ਸੌਂਫ ਪਾ ਕੇ ਯਾਨੀ ਕਿ ਫਿਰ ਤਾਂ ਕਾੜਨਾ ਹੋ ਗਿਆ ਨਾ ਕਾੜ ਕੇ ਜਰਾ ਪਤਲਾ ਹੋ ਹਲਕਾ ਹੋ ਜਾਂਦਾ ਨਾ ਫਿਰ ਉਹਦੇ ਨਾਲ ਠੀਕ ਹੈ ਮਾਂਜ ਦਾ ਦੁੱਧ ਜੇ ਪਿਆਣਾ ਜਰਾ ਪਤਲਾ ਕਰ ਲੈ ਸੌਂਫ ਪਾ ਲੈਣੀ ਹੈ ਪਾ ਲੈਣੀ ਤੇ ਜੇ ਗਾਂ ਦਾ ਪਿਆਣਾ ਦੁੱਧ ਉਹ ਇੰਜੇ ਬੇਸ਼ੱਕ ਪਿਆ ਲੈ ਉਹ ਇੰਜੇ ਮਤਲਬ ਕੱਚਾ ਪਿਆ ਲੈਣ ਭਾਵੇਂ ਉਹ ਤਾਂ ਠੀਕ ਹੈ ਬਿਲਕੁਲ ਉਹ ਬਿਹਤਰ ਹੈ ਕੱਚਾ ਹੀ ਪਿਆ ਲੈਣ ਦੇ ਕੱਚਾ ਪਿਆ ਲੈਣਾ ਤੇ ਇਹ ਬੱਚਿਆਂ ਦਾ ਕੀ ਕੋ ਮੁੱਲ ਜਨਾਬ ਕਿੰਨਿਆਂ ਕੋ ਪੈਸਿਆਂ ਦੇ ਛੱਡਦੇ ਹੋ ਇਹ ਭਾਜੀ 17000 ਦਾ 18000 ਦਾ ਬੱਚਾ ਅਸੀਂ ਦਿੰਨੇ ਆ 17 18000 ਰੁਪਏ ਦਾ ਬੱਚਾ ਦਿੰਦੇ ਹੋ ਠੀਕ ਹੋ ਗਿਆ ਤੇ ਅਗਰ ਕੋ ਮਤਲਬ 2 ਮਹੀਨੇ ਦਾ 3 ਮਹੀਨੇ ਤੋਂ ਅੜ ਤੋੜ ਕੋ ਕੋ ਜਾਨਵਰ ਖਿਦਿਆ ਜਾ ਉਹ ਵੀ ਆਜੇ ਮੈਂ ਉਹ ਜਿਉਂ ਜਿਉ ਫਿਰ ਬੱਚਾ ਹੋਵੇ ਦਾ ਉਹ ਤਾਂ ਜਾਇਦਾ ਜਿਉਂ ਜਿਉ ਫਿਰ ਉਹਦੀ ਕੀਮਤ ਜਾਂ ਰੇਟ ਉਹਦਾ ਹੋਰ ਹੋਵੇ ਦਾ ਵੈਰੀ ਗੁੱਡ ਕੋਈ ਛੋਟੀਆਂ ਪੱਠਾਂ ਜੜੀਆਂ ਤੁਹਾਡੇ ਕੋਲੇ ਆਉਣਿਆ ਮਤਲਬ 6-7 ਮਹੀਨੇ ਦੀਆਂ 8 ਮਹੀਨੇ ਦੀਆਂ ਵੇਚਣ ਵਾਲੀਆਂ ਉਹ ਵਿਖਾਓ ਹਜ਼ਰਾ ਲਓ ਜੀ ਪਠ ਨੰਬਰ 1 ਆ ਗਈ ਇਹ ਮਾਸ਼ਾਅੱਲਾ ਇਹਦਾ ਰੰਗ ਟੰਗ ਦੱਸੋ ਯਾਸਰ ਭਾਈ ਬਾਜੀ ਇਹਦਾ ਡੱਬਾ ਰੰਗ ਹੈ ਸ਼ੇਰਾ ਡੱਬਾ ਨਾ ਤੇਲਾ ਡੱਬਾ ਤੇਲਾ ਡੱਬਾ ਜਾ ਮਾਸ਼ਾਅੱਲਾ ਤੇ ਇਹ ਪੱਠ ਹੈ ਇਹ ਬਣੀ ਨਹੀਂ ਕਿੰਨੀ ਆਦੀ ਉਮਰ ਹੋ ਗਈ ਹੈ ਇਹ ਹੋ ਗਈ ਤਕਰੀਬਨ ਸਾਲ ਦੁੱਧ ਹੀ ਹੋ ਗਈ ਹੈ ਸਾਲ ਦੋ ਦੰਦ ਹੋ ਗਈ ਹੈ ਹਾਂ ਠੀਕ ਹੈ ਅੱਛਾ ਅੱਛਾ ਦੋ ਦੰਦਾਂ ਦਾ ਜ ਨਹੀਂ ਹੋਈ ਨਹੀਂ ਹੋਈ ਇਹ ਦੋ ਠੀਕ ਹੋ ਗਿਆ ਅੱਛਾ ਮੈਨੂੰ ਇਹ ਦੱਸੋ ਕਿ ਇੱਕ ਗੱਬਣ ਕਿੰਨੇ ਚੇਰ ਬਾਤ ਹੁੰਦੀ ਹੈ ਪਾ ਜੀ ਜਾ ਕੇ ਦੋਂਦੀ ਹੋ ਜਾਏ ਤਾਂ ਫਿਰ ਗੱਪਣ ਕਰਾਈ ਦੀ ਫਿਰ ਇਹ ਵਧਦੀ ਰਹਿੰਦੀ ਹੈ ਠੀਕ ਹੈ ਯਾਨੀ ਕਿ ਜਿਹੜੇ ਬੱਚੇ ਬੰਦੇ ਖੀਰੀਆਂ ਨਮੀਆਂ ਕਰਾ ਛੱਡਦੇ ਨੇ ਹਾਂ ਜੀ ਉਹ ਨਹੀਂ ਜਰਾ ਸਹੀ ਨਹੀਂ ਹੁੰਦਾ ਸਹੀ ਨਹੀਂ ਹੁੰਦਾ ਉਹ ਤਾਂ ਸੂਈ ਪੈਂਦੀਆਂ ਨੇ ਬਾਰੇ ਲੋਕ ਉਹ ਤੇ ਉਹਨਾਂ ਕੀ ਆਖਣਾ ਦਾ ਵਿਚਾਰੀਆਂ ਨਾ ਵਧ ਨਹੀਂ ਵਧਦਾ ਉਹਨਾਂ ਦਾ ਠੀਕ ਹੈ ਠੀਕ ਹੈ ਦੋਂਦੀ ਹੋਈ ਹੋਵੇ ਇੱਕ ਤਾਂ ਸੌਖੀ ਜਾਨ ਉਹ ਦੁੱਧ ਗੁ ਪਿਆ ਸਕਦੀ ਹੈ ਜੀ ਫਿਰ ਜਿਹੜਾ ਕੱਦ ਵੀ ਕਰਦੀ ਰਹਿੰਦੀ ਹੈ ਤੁਹਾਡਾ ਕਹਿਣ ਦਾ ਮਤਲਬ ਇਹ ਕਿ ਜੇ ਅਗਰ ਪੱਠ ਦੋਂਦੀ ਹੋ ਕਿ ਸੁੰਦੀ ਤੇ ਦੁੱਧ ਸਹੀ ਦੇਂਦੀ ਹੈ ਹਾਂ ਦੁੱਧ ਫਿਰ ਜਿਹੜਾ ਤਾਕਤ ਹੋ ਜਾਂਦੀ ਹੈ ਨਾ ਜੋ ਦੋਂਦੀ ਹੋਈ ਸੂਵੇ ਕੋ ਫਿਰ 5-4 ਮਹੀਨੇ ਲੱਗ ਜਾਂਦੇ ਨੇ ਚੋਗੀ ਹੋ ਜਾਂਦੀ ਓਛੜਾ ਨੂੰ ਸੁੰਨ ਲਗਾ ਚੋਗੀ ਹੋ ਜਾਂਦੀ ਦੋਂਦੀਆਂ ਕਰਾ ਕੇ ਗੱਬਣ ਕਰਾਓ ਜਾ ਤੇ ਚੋਗਿਆਂ ਕਰਾ ਕੇ ਉਹਨੂੰ ਸਵਾਓ ਸਵਾਓ ਤੇ ਫਿਰ ਦੁੱਧ ਵੀ ਸਹੀ ਦੇ ਤੇ ਬੱਚੇ ਵੀ ਸਹੀ ਦੇ ਦੀ ਬੱਚੇ ਵੀ ਸਹੀ ਦੇ ਦੀ ਦੁੱਧ ਵੀ ਸਹੀ ਕੋਈ ਸ਼ਿਕਵਾ ਨਹੀਂ ਪੇਸ਼ ਕਰਨ ਲੱਗੇ ਇਹ ਜੀ ਕੀ ਕੀ ਬੰਦ ਜਰਾ ਦੱਸੋ ਹਾਂ ਇਹਦਾ 55000 ਰੁਪਿਆ 55000 ਰੁਪਿਆ ਮਾਸ਼ਾਅੱਲਾ ਮਾਸ਼ਾਅੱਲਾ ਇਹਨਾਂ ਕਰੇ ਬੱਕਰੀ ਬਣ ਜਾਂਦੀ ਹੈ ਫੇਰ ਤਾਂ ਲੱਖ ਤੋਂ ਟੱਪ ਗਈ ਨਾ ਯਾਰ ਸਾਰੀ ਗੱਲ ਹੈ ਫੇਰ ਬੱਕਰੀ ਬਣਨਾ ਤਾਂ ਤਾਂ ਹੀ ਟੱਪਣਾ ਨਾ ਲਓ ਜੀ ਜਨਾਬ 55000 ਰੁਪਿਆ ਕੀਮਤ ਹੈ ਮਾਸ਼ਾਅੱਲਾ ਪੱਟਦੀ ਆ ਵੇਖ ਲਓ ਮਾਸ਼ਾਅੱਲਾ 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 ਜਨਾਬ ਇਸ ਤੋਂ ਇਲਾਵਾ ਕੋਈ ਜਾਨਵਰ ਹੈਗਾ ਸਸਤਾ ਕੋ ਵੇਚਣੇ ਵਾਲਾ ਆ ਜੇ ਤਾਂ ਦੱਸੋ ਜ਼ਰਾ ਇਹਦਾ ਰੰਗ ਟਾਂਕੀ ਜੇ ਲਾਲਾ ਜੀ ਇਹਦਾ ਰੰਗ ਸ਼ੇਰਾ ਬੱਲਾ ਸ਼ੇਰਾ ਬੱਲਾ ਮਾਸ਼ਾਅੱਲਾ 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 ਇਸ ਪਾਠ ਨੂੰ ਲਲਾ ਜੀ ਮੇਰਾ ਦਿਲ ਕਰਦਾ ਇੱਕ ਵਾਰ ਚੱਕਰ ਲਵਾਉ ਹਾਂ ਕੰਦੂ ਫੜ ਲੋ ਕੰਦੂ ਫੜ ਲੋ ਸੁਪਾਵੇਂ ਲੋ ਜੀ ਮਾਸ਼ਾਅੱਲਾ ਸੋਹਣੇ ਕੱਦ ਬੋਤਾਲੇ ਪਾਠ ਆ ਗੀਏ ਪਾਠ ਨੰਬਰ 2 ਸ਼ੇਰੀ ਬੱਲੀ ਲੋ ਹਾਂ ਵੇਖੋ ਜਨਾਬ ਕਿਤਨਾ ਵੱਡਾ ਦਾ ਕੱਦੇ ਤੇ ਕਿੰਨੀ ਵੱਡੀ ਦੀ ਵੇਲੇ ਮਾਸ਼ਾਅੱਲਾ ਯਾਸਰ ਭਾਈ ਮਨੋਏ ਦਸੋ ਇਹਨੂੰ ਕਿੰਨੀਆਂ ਮਹੀਨਿਆਂ ਦੀ ਹੋ ਗਈ ਏ ਇਹ ਭਾ ਦੀ ਸਾਲ ਤੁੱਤੇ ਹੋ ਗਈ ਸਾਲ ਤੁੱਤੇ ਦੀ ਹੈ ਮਾਸ਼ਾਅੱਲਾ ਤੇ ਮੈਂ ਇਹਦੇ ਗੱਬਣੇ ਵੀ ਨਹੀਂ ਆਈ ਨਹੀਂ ਗੱਬਣ ਹੋ ਗਈ ਇਹ ਗੱਬਣ ਹੋ ਗਈ ਹੈ ਦੋਂਦੀ ਹੋ ਗਈ ਹੈ ਇਹਦਾ ਕੀ ਗੁਰੇਡ ਜਗ ਰਿਹਾ ਹੈ ਬੱਠ ਤੁਹਾਡੇ ਕੋਲ ਬੰਦਾ ਖਰੀਦਣਾ ਚਾਹੇ ਬੜੀ ਸੋਹਣੀ ਪਾਠ ਮਾਸ਼ਾਅੱਲਾ ਇਹਦਾ ਲੱਖ ਰੁਪਈਆ ਹੈ ਲੱਖ ਰੁਪਈਆ ਮੁੱਲ ਜੀ ਲਓ ਜੀ ਲੱਖ ਰੁਪਏ ਵਾਲੀ ਪਾਠ ਆ ਗਈ ਹੈ ਅੱਛਾ ਯਾਸਰ ਭਾਈ ਮੈਨੂੰ ਇਹ ਗੱਲ ਦੱਸੋ ਤੁਸੀਂ ਅੱਜ ਕਿ ਜਿਹੜੀਆਂ ਬੱਕਰੀਆਂ 30 35 ਹਜ਼ਾਰ ਵਾਲੀਆਂ 20 25 ਹਜ਼ਾਰ ਵਾਲੀਆਂ ਨੇ ਜਿਹੜੀਆਂ ਬੱਕਰੀਆਂ ਲੱਖ 2 ਲੱਖ ਜਿਨ੍ਹਾਂ ਦੀ ਕੀਮਤ ਹੈ ਇਹਨਾਂ 'ਚ ਫਰਕ ਕੀ ਹੁੰਦਾ ਪਾ ਜੀ ਫਰਕ ਤੇ ਹੁੰਦਾ ਨਾ ਜਿਹੜੀ 2 ਲੱਖ ਦੀ ਉਹਦੇ ਥੱਲੇ ਵਾਨਾ ਲਬਾ ਸੋਨਾ ਹੁੰਦਾ ਕ ਰੰਗ ਸੋਨਾ ਕੱਦ ਚੰਗਾ ਹੁੰਦਾ ਜਿਹੜੀ ਬੱਕਰੀ 30 35 ਹਜ਼ਾਰ ਦੀ ਹੁੰਦੀ ਉਹਦਾ ਉਸ ਤਰ੍ਹਾਂ ਵਾਨਾ ਨਹੀਂ ਹੁੰਦਾ ਉਹ ਦੁੱਧ ਨਹੀਂ ਦਿੰਦੀ ਉਸ ਤਰ੍ਹਾਂ ਠੀਕ ਹੈ ਰੰਗ ਭਾਵੇਂ ਉਹ ਹੀ ਹੋਵੇ ਹਾਂ ਜੀ ਲੇਕਿਨ ਥੱਲੋਂ ਤੇ ਕਿਸੇ ਦੇਖਣਾ ਹੁੰਦਾ ਨਾ ਬੱਕਰੀ ਤੇ ਥੱਲੋਂ ਵੇਖੀ ਦੀ ਜੇ ਥਣ ਵਾਨਾ ਵੇਖੀਦਾ ਸੋਨਾ ਹੁੰਦਾ ਜੀ 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 ਫਰਕ ਤੇ ਇਹ ਹੁੰਦਾ ਨਾ ਜਿਹੜੀ ਇੱਕ ਸ਼ਾਹ ਹੁੰਦੀ ਹੈ ਉਹ 50000 ਦੀ ਇੱਕ ਛਾਹ ਹੁੰਦੀ ਉਹ 50000 ਦੀ ਫਰਕ ਤੇ ਆ ਬੰਦੇ ਨਜ਼ਰ ਆ ਜਿਹੜੇ ਬੰਦੇ ਕਹਿੰਦੇ ਨੇ ਯਾਰ ਤੁਸੀਂ 1.5 ਲੱਖ ਰੁਪਏ ਬੱਕਰੀ ਦਾ ਮੰਗ ਲਿਆ ਤੇ ਕਈ ਬੰਦੇ ਬੜੀ ਪੁੱਠੀ ਜੀ ਗੱਲ ਕਰਦੇ ਨੇ ਆਂਦੇ ਨੇ ਜਨਾਬ ਇਨ੍ਹਾਂ ਦੇ ਚ ਗੋਸ਼ਤ ਹੈ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਗੋਸ਼ਤ ਦੇ ਪੈਸੇ ਹੁੰਦੇ ਨੇ ਜਾਂ ਨਸਲ ਦੇ ਪੈਸੇ ਹੁੰਦੇ ਨੇ ਭਾਜੀ ਨਸਲ ਦੇ ਪੈਸੇ ਹੁੰਦੇ ਨੇ ਜਿਹੜਾ ਬੱਚੇ ਵਖਾਏ ਨੇ ਤੁਹਾਨੂੰ ਭਾਜੀ ਤੁਸੀਂ ਕਹਿ ਰਹੇ ਹੋ ਕਿ ਮਤਲਬ ਉਹਨਾਂ ਦੇ ਮਤਲਬ ਦੁੱਧ ਵਿੱਚ ਫਰਕ ਹੁੰਦਾ ਹੈ ਨਸਲ 'ਚ ਫਰਕ ਹੁੰਦਾ ਹੈ ਇਹਦਾ ਮਤਲਬ ਕੀ ਕਹਿਣਾ ਚਾਹੁੰਦੇ ਤੁਸੀਂ ਆ ਜੀ ਵੇਖੋ ਇੱਕ ਗਾਂ ਜਿਹੜੀ 30000 ਦੀ ਵਿਲਬਦੀ ਹੈ ਜੀ ਇੱਕ ਗਾਂ ਹੁੰਦੀ ਹੈ 7-8 ਲੱਖ ਦੀ ਵੀ ਨਹੀਂ ਜਸਾਂ ਹੀ ਦਿੰਦੇ ਠੀਕ ਹੋ ਗਿਆ ਦੋਤੀ ਉਹ ਵੀ ਗਾਂ ਹੀ ਹੈ ਬੰਦੇ ਆਂਦੇ ਨੇ ਗਾਂ ਹੀ ਹੈ ਬਿਲਕੁਲ ਸਹੀ ਯਾਨਕਿ ਨਾਲ ਤੇ 30000 ਦੀ ਗਾਂ ਹੀ ਆਖਣਾ ਤੇ ਜਿਹੜੀ 7-8 ਲੱਖ ਦੀ ਉਹਨ ਵੀ ਗਾਂ ਹੀ ਆਖਣਾ ਕਿ ਉਹਨ ਕੋ ਹੋਰ ਅਸਾਂ ਕੁ ਜਾਖਣਾ ਬਿਲਕੁਲ ਸਹੀ ਗੱਲ ਕੋਈ ਚੀਜ਼ ਹੁੰਦੀ ਹੈ ਸਿਰਫ ਨਸਲਾਂ 'ਚ ਫਰਕ ਹੁੰਦਾ ਚੀਜ਼ਾਂ 'ਚ ਫਰਕ ਹੁੰਦਾ ਜੀ ਵਜ੍ਹਾ ਇਹ ਹੁੰਦੀ ਹੈ ਯਾਨਕਿ ਜਿਹੜੀ ਗਾਂ 30000 ਦੀ ਹੈ ਉਹਨੇ ਮਤਲਬ ਦੁੱਧ ਦੀ ਉਹਦੀ ਪੈਦਾਵਾਰ ਘਟੇ ਘਟੇ ਨਸਲੀ ਨਹੀਂ ਹੁੰਦੀ ਜੀ ਜਿਹੜੀ ਗਾਂ ਜਿਹੜੀ ਹੈ 6-7 ਲੱਖ ਦੀ ਏ ਉਹਨੇ ਦੁੱਧ ਵੀ ਧੋਨਾ ਦੇਣਾ ਦੁੱਧ ਵੀ ਉਹਨੇ ਧੋਨਾ ਦੇਣਾ ਮਾਸ਼ਾਅੱਲਾ ਤੇ ਜਿਹੜੀਆਂ ਬੱਕਰੀਆਂ 1.5-2 ਲੱਖ ਰੁਪਇਆ ਜਿਨ੍ਹਾਂ ਦੀ ਕੀਮਤ ਏ ਮਤਲਬ ਨਸਲੋਂ ਅਸਬਲੋਂ ਹਰ ਪਾਸੋਂ ਪਾਸ ਨੇ ਦੁੱਧ ਵੀ ਸੋਹਣੀਆਂ ਨੇ ਹਰ ਪਾਸੋਂ ਚੰਗੀਆਂ ਨੇ ਦੁੱਧ ਵੀ ਦੇਣ ਵਾਲੀਆਂ ਨੇ ਸਹੀ ਏ ਜੀ ਬੱਚੇ ਵੀ ਚੰਗੇ ਦੁੱਧ ਵੀ ਚੰਗਾ ਜੀ ਤੇ ਜਿਹੜੀ ਬੱਕਰੀ ਦੀ ਕੀਮਤ ਜਿਆਦਾ ਘਟ ਹੁੰਦੀ ਏ ਕਈ ਆਂਦੇ ਨੇ ਉਹਦੀ ਕੀਮਤ ਘਟਿਆ ਚੰਗੀ ਏ ਜਾਂ ਇਹ ਮਾੜੀ ਏ ਦੀ ਕੀਮਤ ਯਾ ਸਰ ਭਾਈ ਮੈਨੂੰ ਇੱਕ ਗੱਲ ਦੱਸੋ ਕਿ ਨਵੇਂ ਆ ਕਿਸਾਨ ਪਰਾਵਾਂ ਦਾ ਔਰ ਪੁਰਾਣਿਆਂ ਦਾ ਕੋਈ ਵੀਡੀਓ ਪੂਰੇ ਵਰਲਡ ਤੇ ਚੱਲਦੀ ਹੈ ਕੋਈ ਵੀ ਵੀਡੀਓ ਜਿਸੇ ਰਿਕਾਰਡ ਹੋ ਜਾਂਦੀ ਹੈ ਹਾਂਜੀ ਤੇ ਅਕਸਰ ਬੰਦੇ ਆ ਗੱਲਾਂ ਆਖਦੇ ਨੇ ਜਨਾਬ ਕਿ ਬੱਕਰੀ ਜਿਸੋਂ ਖਰੀਦ ਕੇ ਅਸੀਂ ਲੈਵਨੇ ਆ ਵੀਡੀਓ ਵਿੱਚ ਰੇਟ ਦੱਸਦੇ ਨੇ ਮਤਲਬ ਮਹਿੰਗਾ ਤੇ ਦੁੱਧ ਵੀ ਦੱਸਦੇ ਨੇ 6 6 7 7 ਕਿਲੋ ਤੇ ਜਿਸ ਟਾਈਮ ਸਾਡੇ ਘਰ ਆਉਂਦੀਆਂ ਨੇ ਤੇ ਆ ਕੇ ਪਾ ਦੁੱਧ ਵੀ ਨਹੀਂ ਦਿੰਦੀਆਂ ਇਹਦੀ ਕੀ ਵਜ੍ਹਾ ਹੁੰਦੀ ਹੈ ਬਾਜੀ ਜੇ ਕਿੱਲੇ ਦੇ ਬੰਸੜਨਾ ਤਾਂ ਫਿਰ ਉਹਨੇ ਦੁੱਧ ਵੀ ਤਿਉ ਨਹੀਂ ਦੇਣਾ ਨਾ ਇਹ ਹੁਣ ਸਵੇਰੇ ਨਿਕਲਦੀਆਂ ਨੇ 7-8 ਵਜੇ ਨਿਕਲਦੀਆਂ ਸ਼ਾਮਾਂ ਦੀ ਜ਼ਾਨ ਨਾ ਆਉਂਦੀਆਂ ਨੇ ਜੀ ਠੀਕ ਹੈ ਜਿਹੜੇ ਭਰਾ ਬੱਕਰੀ ਖਰੀਦ ਕੇ ਖੜਦੇ ਨੇ ਜਾ ਕੇ ਆਂਦੇ ਨੇ ਦੁੱਧ ਨਹੀਂ ਮੇਰੀ ਬੱਕਰੀ ਉਹਨਾਂ ਦੇਂਦੀ ਜਿੰਨਾ ਆਖਿਆ ਜੇ ਜੀ ਜਾ ਇੱਥੇ ਲੈ ਉਹਨਾਂ ਛੱਡ ਜਾਣ ਮਹੀਨੇ ਬਾਅਦ ਆ ਕੇ ਚੋਲਣ ਜੀ ਉਹਨਾਂ ਦੁੱਧ ਉਹਨੇ ਬੱਕਰੀ ਨਾ ਦਿੱਤਾ ਜੀ ਤੇ ਤਾਂ ਅਸੀਂ ਵੀ ਇੱਥੇ ਆਂਦੇ ਗੱਲ ਕਰ ਲੈਣ ਸਾਡੇ ਨਾਲ ਅਗਰ ਉਹਨਾਂ ਨੇ 500 ਜਾਂ 400 ਦੁੱਧ ਆਪਣੇ ਘਰ ਲੈਣਾ ਮਤੋਂ ਦਾ ਕੀ ਤਰੀਕਾ ਕਰੇ ਭਾਜੀ ਜੀ ਉਹਨੇ ਬੰਨ ਕੇ ਪੱਠੇ ਪਾਣੀ ਹੋਣਾ ਜਾਂ ਬੰਨ ਕੇ ਜਿੰਨਾ ਮੱਝ ਵੰਡਾ ਖਾਂਦੀ ਉਹਨਾਂ ਨੂੰ ਵੰਡਾ ਪਾਏ ਉਹਨਾਂ ਨੂੰ ਦੁੱਧ ਦੇ ਦਿਓ ਵੈਰੀ ਗੁੱਡ ਵੇਖੋ ਨਾ ਗੋਰਾਲ ਤੁਸੀਂ ਗੱਲ ਦਸੀਏ ਕਿ ਮੱਝ ਜਿੰਨਾ ਵੰਡਾ ਖਾਏ ਜਾ ਤਾਂ ਯਾਸਰ ਭਾਈ ਤੁਸੀਂ ਇਹ ਦੱਸੋ ਕਿ ਨਵਾਂ ਕਿਸਾਨਪਰਾ ਜਾਂ ਪਾਕਿਸਤਾਨ ਦੇ ਵਿੱਚ ਕੋਈ ਬੰਦਾ ਤੁਹਾਡੇ ਨਾਲ ਬੱਕਰੀਆਂ ਖਰੀਦਣੇ ਬਾਤੇ ਰਾਬਤਾ ਕਰਨਾ ਚਾਹੇ ਬੱਕਰਾ ਜ਼ਰਾ ਬਖਾਓ ਹੰ ਲਾਲਾ ਜੀ ਕੇ ਕਰਕੇ ਇੱਥੇ ਫੜੋ ਹੰ ਲਾਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਬੜਾ ਪਿਆਰਾ ਨਾਜ਼ਰਨ ਬਰੀਡਰ ਬੰਦੇ ਅਕਸਰ ਸਵਾਲ ਕਰਦੇ ਨੇ ਜਨਾਬ ਗੋਰ ਸਾਹਿਬ ਬਰੀਡਰ ਨੇ ਤੁਸੀਂ ਬਖਾंदे ਇਹ ਵੇਖ ਲਓ ਬਰੀਡਰ ਜਿਹਦੇ ਆ ਬੱਚੇ ਨੇ ਅੱਛਾ ਯਾਸਰ ਭਾਈ ਆਪਣਾ ਕੋ ਰਾਬਤਾ ਨੰਬਰ ਦਿਓ ਹਾਂ ਜਿਹੜਾ ਤੇ ਵਟਸਐਪ ਤੁਹਾਡਾ ਬਣਿਆ ਹੋਵੇ 47 0347 6312 6312 623 623 ਇਹ ਤੁਹਾਡਾ ਮਤਲਬ WhatsApp ਵੀ ਇਹਦੇ ਤੇ ਹੈ WhatsApp ਵੀ ਇਹ ਨੰਬਰ ਵੀ ਹੈ ਇਹ ਇੱਕੋ ਹੀ ਨੰਬਰ ਹੈ WhatsApp ਇਹਦੇ ਤੇ ਇਸ਼ਾਲ ਕਰਦੇ ਹੈ ਇਹ ਕ ਸਾਰਾ ਕਾਰੋਬਾਰ ਤੁਸੀਂ ਇਹਦੇ ذریعے ਚਲਾਉਂਦੇ ਹੋ ਇਹਦੇ ذریعے ਚਲਾਉਂਦੇ ਤੇ ਇਹ ਜਿਹੜਾ ਬੱਕਰਾ ਤੁਹਾਡੇ ਕੋਲ ਕਿੰਨੇ ਕੁ ਚਿਰ ਦਾ ਹੈ ਜਿਹਦੇ ਕੋ ਬੱਚੇ ਲੈ ਰਹੇ ਹੋ ਇਹ ਨੂੰ ਹੋ ਗਿਆ ਨਾ 1 ਸਾਲ ਹੋਇਆ ਸਮਝ ਆਉਂਦੇ ਆਂ ਅਕੋ ਠੀਕ ਹੈ ਸਹੀ ਹੈ ਠੀਕ ਹੈ ਇਹ ਦੋ ਸਾਲ ਅਸੀਂ ਰੱਖਾਂਗੇ ਯਾਨੀ ਕਿ ਬਕਰੇ ਤੁਸੀਂ ਆਪਣੇ ਘਰਾਂ ਚ ਅੱਗੇ ਪਿੱਛੇ ਵਟਾਉਂਦੇ ਰਹਿੰਦੇ ਹੋ ਹਾਂ ਜੀ ਵਟਾਉਂਦੇ ਨਸਲ ਵਟਾਈ ਦੀ ਹੈ ਨਾ ਫਿਰ ਕੋਈ ਜਾ ਕੇ ਨਸਲ ਜੜੀ ਹੋ ਉਸ ਜਰਾ ਬਿਹਤਰ ਹੋ ਜਾਂਦੀ ਹੈ ਠੀਕ ਹੈ ਹਾਂ ਜਿਵੇਂ ਪਠਾਆਂ ਦੀਆਂ ਰਾਜ ਜਾਂਦੀਆਂ ਫਿਰ ਇਹਨੂੰ ਵੇਚ ਦਈਦਾ ਠੀਕ ਹੋ ਗਿਆ ਹਾਂ ਪਠਾ ਜੜੀਆਂ ਹੁੰਦੀਆਂ ਨੇ ਫਿਰ ਇਹਦੇ ਤੋਂ ਨਵੀਆਂ ਨਹੀਂ ਕਰਵਾਇਦੀ ਠੀਕ ਪਠਾਆਂ ਦੀਆਂ ਨੂੰ ਨਵੀਆਂ ਨਹੀਂ ਕਰਾਉਣੀ ਇਹ ਦੇਖੋ ਨਵੀਆਂ ਨਹੀਂ ਕਰਾਈਦੀਆਂ ਉਹ ਦੂਰ ਬਰੀਡਰ ਲਿਆ ਕੇ ਨਵੀਆਂ ਇਹਦੀ ਅਕਸਰ ਜਿਹੜਾ ਨਾ ਇਹ ਬੰਦੇ ਸਾਨੂੰ ਸਵਾਲ ਕਰਦੇ ਨੇ ਜਨਾਬ ਕਿ ਇਹ ਕੀ ਗੱਲ ਹੈ ਕਿ ਪਠਾਆਂ ਮਤਲਬ ਉਸ ਬਕਰੇ ਕੋ ਨਵੀਆਂ ਕਿਉਂ ਨਹੀਂ ਕਰਾਈ ਜਾਂਦੀਆਂ ਕਿ ਉਹ ਜਿਆਦਾ ਸੌ ਹਜ਼ਾਰ ਇਹ ਜਰਾ ਜਗੂ ਜਾ ਕੇ ਜੀਆਂ ਦਾ ਵੀ ਅਸਰ ਬਹੁਤ ਜ਼ਿਆਦਾ ਪੈਂਦਾ ਹੈ। ਯਾਨੀ ਕਿ ਬੱਚੇ ਚੰਗੇ ਨਹੀਂ ਨਿਕਲਦੇ। ਬੱਚੇ ਚੰਗੇ ਨਹੀਂ ਨਿਕਲਦੇ। ਕੋ ਪੱਠਾ ਜੜੀਆਂ ਦੇ ਦੁੱਧ ਨਹੀਂ ਚੰਗਾ ਦੇਦੀ। ਦੁੱਧ ਨਹੀਂ ਚੰਗਾ ਦੇਦੀ। ਵੇਖੋ ਗੱਲ ਦਾ ਪਤਾ ਲੱਗਾ ਨਾ। ਇਸ ਗੱਲ ਹੈ ਫਿਰ ਨਸਲ ਵਟਾਈ ਦੀ। ਆ ਕਿਉਂਕਿ ਸ਼ਰੀਅਤ ਲਾਗੂ ਤੇ ਨਹੀਂ ਹੁੰਦੀ ਜਾਨਵਰਾਂ ਤੇ ਲੇਕਿਨ ਆ ਕਿ ਤੁਸੀਂ ਮਤਲਬ ਉਹ ਪੈਦਾਵਾਰ ਵਿੱਚ ਫਰਕ ਪੈ ਜਾਂਦਾ। ਫਰਕ ਪੈ ਜਾਂਦਾ। ਠੀਕ ਹੋ ਗਿਆ। ਠੀਕ ਹੋ ਗਿਆ। ਲੋਬਾ ਸਜਣੋ ਤੇ ਬਲੀਓ ਦੇ ਨਾਲ ਹੀ ਆਪਣੇ ਮੇਜ਼ਬਾਨ ਮਲਕ ਫਿਆਜ਼ گور ਨੂੰ ਆਪਣੀਆਂ ਦੁਆਵਾਂ ਦੇ ਨਾਲ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ ਫੀਮਾਨੁਲਾ ਰੱਬ ਰੱਖਾ